ਪਰ ਇਕੱਲਾ ਇਕੱਲਾ ਅਤੇ ਦੋ, 11 ਨੂੰ ਦੋ ਲੰਘਣ, ਫਿਰ 11 ਬਣ ਜਾਂਦੇ। ਵੀ ਕਾਂਗਰਸ ਪਾਰਟੀ ਦੇ ਵਿੱਚ ਮਰਜ ਹੋਈ ਲੋਕ ਇਨਸਾਫ ਪਾਰਟੀ, ਦੋਨੋਂ ਪਾਸੇ ਵਰਕਰਾਂ ਦੇ ਵਿੱਚ ਇੱਕ ਜੋਸ਼ ਪੈਦਾ ਹੋ ਗਿਆ। ਰਾਜਾ ਵੜਿੰਗ ਹੋਰਾਂ ਦੀ ਸਫਲਤਾ ਸਾਹਮਣੇ ਆਈ। ਸ਼ਹਿਰ ਦੇ ਵਿੱਚ ਸੁਨਾਮੀ ਸੀਗੀ ਬੀਜੇਪੀ ਦੀ, ਅਤੇ ਆਤਮਨਗਰ ਵਾਲਿਆਂ ਨੇ ਉਸ ਸੁਨਾਮੀ ਨੂੰ ਵੀ ਠੱਲ ਦਿੱਤਾ। ਲੋਕਾਂ ਨੇ 26 ਮਹੀਨਿਆਂ ਦਾ ਰਿਪੋਰਟ ਕਾਰਡ ਤਿਆਰ ਕਰਕੇ ਇਹ ਟ੍ਰੇਲਰ ਚਲਾ ਕੇ ਦਿਖਾ ਦਿੱਤਾ। ਵੋਟਰਾਂ ਦਾ ਰਿਣੀ ਆ, ਲੋਕ ਮੈਨੂੰ ਪਿਆਰ ਦੇ ਨਾਲ ਕਹਿੰਦੇ ਵੀ ਰਾਜਾ ਵੜਿੰਗ ਜਿਤਾ ਦਿੱਤਾ, ਸੋ ਮੈਂ ਇਸ ਗੱਲ ਦਾ ਵੀ ਸਿਰ ਝੁਕਾ ਕੇ ਇਸਤਕਬਾਲ ਕਰਦਾ, ਧੰਨਵਾਦ। ਤੁਸੀਂ ਜਬੜੀਆਂ ਨਹੀਂ ਮਾਰੀਆਂ, ਰਾਜਾ ਵੜਿੰਗ ਬਾਹਰੋਂ ਆਇਆ ਬੈਂਸ 'ਤੇ ਮੁਕੱਦਮੇ, ਕੋਈ ਹੋਰ ਗੱਲ ਹੀ ਨਹੀਂ ਸੀ ਹੁੰਦੀ ਉਹਨਾਂ ਦੇ ਕੋਲ। ਗਰਾਸਰੂਟਰ ਆ, ਅਸੀਂ ਪੈਰਾਸ਼ੂਟਰ ਨਹੀਂ ਹੈ। ਬੈਂਸ ਸਾਹਿਬ, ਕਾਂਗਰਸ ਦੀ ਜਿੱਤ ਕਹਿੰਦੇ ਨੇ ਕਿ ਬੈਂਸ ਸਾਹਿਬ ਦੀ ਵਜ੍ਹਾ ਕਰਕੇ ਹੋਈ ਆ, ਅਗਰ ਬੈਂਸ ਸਾਹਿਬ ਨਾ ਹੁੰਦੇ ਤਾਂ ਜਿਹੜਾ 20,000 ਦੀ ਵੋਟ ਹੈਗੀ ਹੈ ਉਹ ਨਾ ਪੈਂਦੀ। ਰੋਹਿਤ, ਮੈਂ ਕਹੂੰਗਾ ਵੀ ਇਹ ਧੰਨਵਾਦ ਲੋਕਾਂ ਦਾ ਜਿਹੜੇ ਐਨਾਲਿਸਿਸ ਕਰਦੇ ਆ। ਜਿਹੜਾ ਔਨ ਰਿਕਾਰਡ ਕੋਈ ਅੰਕੜਾ ਹੁੰਦਾ, ਔਨ ਰਿਕਾਰਡ ਗੱਲ ਹੁੰਦੀ, ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਵੀ ਕਾਂਗਰਸ ਪਾਰਟੀ ਦੇ ਵਿੱਚ ਮਰਜ ਹੋਈ ਲੋਕ ਇਨਸਾਫ ਪਾਰਟੀ, ਦੋਨੋਂ ਪਾਸੇ ਵਰਕਰਾਂ ਦੇ ਵਿੱਚ ਇੱਕ ਜੋਸ਼ ਪੈਦਾ ਹੋ ਗਿਆ। ਉਸ ਜੋਸ਼ ਦੇ ਵਿੱਚੋਂ ਰਾਜਾ ਵੜਿੰਗ ਹੋਰਾਂ ਦੀ ਸਫਲਤਾ ਸਾਹਮਣੇ ਆਈ ਹੈ। ਮੈਂ ਧੰਨਵਾਦ ਕਰਦਾ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰਾਂ ਦਾ, ਅਤੇ ਖਾਸ ਧੰਨਵਾਦ ਆਤਮਨਗਰ ਦੇ ਲੋਕਾਂ ਦਾ। ਸ਼ਹਿਰ ਦੇ ਵਿੱਚ ਸੁਨਾਮੀ ਸੀਗੀ ਬੀਜੇਪੀ ਦੀ, ਅਤੇ ਆਤਮਨਗਰ ਵਾਲਿਆਂ ਨੇ ਉਸ ਸੁਨਾਮੀ ਨੂੰ ਵੀ ਠੱਲ ਦਿੱਤਾ। ਅਤੇ ਸਭ ਤੋਂ ਵੱਡਾ ਫੇਲੀਅਰ, ਸਾਰੀਆਂ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 9 ਦੀਆਂ 9 ਝਾੜੂ, ਜਿਹੜਾ ਕਹਿੰਦਾ ਸੀ ਸਾਡੇ ਤਾਂ ਮੁਕਾਬਲੇ 'ਚ ਹੀ ਕੋਈ ਨਹੀਂ ਗਾ, ਲੋਕਾਂ ਨੇ ਰਿਪੋਰਟ ਕਾਰਡ ਰੈਡੀ ਕਰ ਦਿੱਤਾ, 2027 ਦਾ ਇਸ਼ਾਰਾ ਕਰ ਦਿੱਤਾ। ਲੋਕਾਂ ਨੇ 26 ਮਹੀਨਿਆਂ ਦਾ ਰਿਪੋਰਟ ਕਾਰਡ ਤਿਆਰ ਕਰਕੇ ਇਹ ਟ੍ਰੇਲਰ ਚਲਾ ਕੇ ਦਿਖਾ ਦਿੱਤਾ ਕਿ 2027 ਦੇ ਵਿੱਚ ਫਿਲਮ ਕਿੱਦਾਂ ਦੀ ਚਲਾਉਣੀ ਆ ਅਸੈਂਬਲੀ ਮੌਕੇ। ਸੋ ਮੈਂ ਫਿਰ ਲੁਧਿਆਣਾ ਦੇ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਰਿਣੀ ਆ, ਲੋਕ ਮੈਨੂੰ ਪਿਆਰ ਦੇ ਨਾਲ ਕਹਿੰਦੇ ਵੀ ਰਾਜਾ ਵੜਿੰਗ ਜਿਤਾ ਦਿੱਤਾ, ਸੋ ਮੈਂ ਇਸ ਗੱਲ ਦਾ ਵੀ ਸਿਰ ਝੁਕਾ ਕੇ ਇਸਤਕਬਾਲ ਕਰਦਾ, ਧੰਨਵਾਦ ਕਰਦਾ। ਸਰ, ਇਸ ਚੀਜ਼ ਨੇ ਮਤਲਬ ਕਿ ਮੰਨਦੇ ਹੋ ਕਿ ਸਿਮਰਜੀਤ ਸਿੰਘ ਬੈਂਸ ਜੁੜਿਆ ਵੈ ਤਾਂ ਰਾਜਾ ਵੜਿੰਗ ਦੀ ਜਿੱਤ ਹੋਈ ਹੈ, ਨਹੀਂ ਤਾਂ ਅਦਰਵਾਈਜ਼ ਰਾਜਾ ਵੜਿੰਗ ਹਾਰੇ ਪਏ ਸੀ? ਇਕੱਲਾ ਇਕੱਲਾ ਤਾਂ 2-11, ਹਾਰ ਜਿੱਤ ਤਾਂ ਵਾਹਿਗੁਰੂ ਦੇ ਹੱਥ ਪਾਸ ਆ, ਵੋਟਰ ਨੇ ਕਿੱਧਰ ਨੂੰ ਆਪਣਾ ਵੋਟ ਕਾਸਟ ਕਰਨਾ। ਪਰ ਇਕੱਲਾ ਇਕੱਲਾ ਅਤੇ 2, 11 ਨੂੰ 2 ਲੰਘਣ, ਫਿਰ 11 ਬਣ ਜਾਂਦੇ ਆ। ਸੋ ਅਸੀਂ 11 ਹੋ ਗਏ, ਅਤੇ ਅਸੀਂ ਭਾਜੜਾਂ ਪਾ ਕੇ ਰੱਖੀਆਂ ਲੋਕਾਂ ਦੇ ਬਲਬੂਤੇ 'ਤੇ, ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਮੁੱਦੇ ਲੈ ਕੇ ਗਏ ਰੋਹਿਤ। ਅਸੀਂ ਜਬੜੀਆਂ ਨਹੀਂ ਮਾਰੀਆਂ, ਅਸੀਂ ਥੁੱਕੜ ਗੱਲਾਂ ਨਹੀਂ ਕੀਤੀਆਂ, ਅਸੀਂ ਛੋਟੀ ਰਾਜਨੀਤੀ 'ਚ ਨਹੀਂ ਗਏ, ਅਸੀਂ ਲੋਕਾਂ ਕੋਲ ਮੁੱਦੇ ਲੈ ਕੇ ਗਏ, ਅਤੇ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਮੁੱਦਾ ਲੈ ਸਕੇ। ਰਾਜਾ ਵੜਿੰਗ ਬਾਹਰੋਂ ਆਇਆ ਬੈਂਸ 'ਤੇ ਮੁਕੱਦਮੇ ਆ, ਕੋਈ ਹੋਰ ਗੱਲ ਹੀ ਨਹੀਂ ਸੀ ਹੁੰਦੀ ਉਹਨਾਂ ਦੇ ਕੋਲ। ਅਤੇ ਅਸੀਂ ਲੋਕਾਂ ਨੂੰ ਭਵਿੱਖ ਦੇ ਜਿਹੜੀਆਂ ਦਿੱਕਤਾਂ ਅਤੇ ਸਮੱਸਿਆਵਾਂ, ਉਹਨਾਂ ਦੇ ਸਮਾਧਾਨ ਭਵਿੱਖ ਦੇ ਵਿੱਚ ਕਿਵੇਂ ਕਰਨੇ ਆ, ਅਸੀਂ ਆਪਣੇ ਮੁੱਦੇ ਲੈ ਕੇ ਗਏ। ਲੋਕਾਂ ਨੇ ਸਾਡੀ ਗੱਲ ਇਸ ਕਰਕੇ ਸੁਣੀ ਆ ਅਤੇ ਮੰਨੀ ਆ ਕਿਉਂਕਿ ਅਸੀਂ ਗਰਾਸਰੂਟਰ ਹਾਂ, ਅਸੀਂ ਪੈਰਾਸ਼ੂਟਰ ਨਹੀਂ ਹੈਗੇ। ਲੋਕਾਂ ਨੂੰ ਪਤਾ ਵੀ ਇਹ ਜਿਹੜੀ ਗੱਲ ਕਹਿਣਗੇ ਉਹਦੇ 'ਤੇ ਪਹਿਰੇਦਾਰੀ ਦੇ ਕੇ ਉਹਨੂੰ ਪੂਰਾ ਕਰਾਉਂਗੇ। ਚਲੋ, ਤੁਹਾਡੇ ਵਜ੍ਹਾ ਕਰਕੇ ਰਾਜਾ ਵੜਿੰਗ ਜੀ ਜਿੱਤ ਜਾਂਦੇ ਨੇ, ਪਰ ਆਮ ਆਦਮੀ ਪਾਰਟੀ ਜਿਹਦੇ ਮੌਜੂਦਾ MLA ਹੋਣ ਔਰ ਉਸਦੇ ਬਾਵਜੂਦ ਉਹ 3 ਨੰਬਰ 'ਤੇ ਰਹਿ ਜਾਵੇ, ਇਹ ਤਾਂ ਹੈਰਾਨੀ। ਇੱਕ ਕੰਪੈਰੀਜ਼ਨ ਆਫ ਵਰਕ, ਤੁਲਨਾ ਹੋਈ ਆ ਕੰਮ ਦੀ। ਮੈਨੂੰ ਹਾਰੇ ਨੂੰ 26 ਮਹੀਨੇ ਹੋ ਗਏ, ਤੁਹਾਨੂੰ ਕਿੰਨੀ ਦੇਰ ਇੰਤਜ਼ਾਰ ਕਰਨਾ ਪਿਆ, ਮੈਂ ਲੋਕਾਂ ਦੇ ਕੰਮ ਕਰ ਰਿਹਾ। ਤੁਸੀਂ ਇਹਨਾਂ ਦੇ ਦਫ਼ਤਰਾਂ 'ਚ ਜਾ ਕੇ ਦੇਖ ਲਓ, ਸਾਰਾ ਦਿਨ ਪੈਸੇ ਦੀ ਮਾਲਾ ਜਪਦੇ ਆ। ਲੋਕਾਂ ਨੂੰ ਸਭ ਪਤਾ ਹੁੰਦਾ, ਸੱਚ ਅਤੇ ਝੂਠ, ਇਮਾਨਦਾਰੀ ਅਤੇ ਬੇਈਮਾਨੀ, ਕੰਮ ਅਤੇ ਨਿਕੰਮਾ,
ਇਹ 26 ਮਹੀਨਿਆਂ ਦੇ ਵਿੱਚ ਅੰਤਰ ਕਰਕੇ ਲੋਕਾਂ ਨੇ ਵੋਟ ਕਾਸਟ ਕੀਤਾ ਅਤੇ 26 ਮਹੀਨਿਆਂ 'ਚ ਮੈਂ ਕਹੂੰਗਾ ਕਿ ਲੋਕਾਂ ਨੇ ਬੈਂਸ ਨੂੰ ਮਿਸ ਕੀਤਾ, ਬੈਂਸ ਨੂੰ ਯਾਦ ਕੀਤਾ ਵੀ ਯਾਰ ਕਿੱਥੇ ਰਹਿ ਗਿਆ ਉਹ, ਅਸੀਂ ਕਿਹਨੂੰ ਵੋਟ ਪਾ ਬੈਠੇ। ਇਹੀ ਵਜ੍ਹਾ ਨਾ ਕਿ ਆਤਮਨਗਰ ਦੇ ਲੋਕਾਂ ਨੇ ਕਿਸੇ ਦੀ ਨਹੀਂ ਮੰਨੀ, ਕਿੰਨੀ ਸੁਨਾਮੀ ਸੀਗੀ BJP ਦੀ, ਅਤੇ ਸਰਕਾਰੀ ਧਿਰ ਦੇ MLA ਨੇ ਬਾਜਹਾਨ ਦੀ ਲਾਈ ਹੋਈ ਸੀਗੀ, ਨਹੀਂ ਮੰਨੀ। ਇਸ ਕਰਕੇ ਮੈਂ ਲੋਕਾਂ ਦਾ ਰਿਣੀ ਹਾਂ ਅਤੇ ਮੈਂ ਇਨਸ਼ੋਰ ਕਰਦਾ ਕਿ ਜਿਹੜੀ ਮਨਸ਼ਾ ਦੇ ਨਾਲ ਅਸੀਂ ਰਾਜਨੀਤੀ ਦੇ ਅੰਦਰ ਹਾਂ, ਸਾਡਾ ਮਨਸ਼ਾ ਰਾਜਨੀਤੀ ਦੇ ਅੰਦਰ ਧੰਦਾ ਕਰਨ ਵਾਲਾ ਨਹੀਂ, ਦੇਸ਼ ਭਗਤੀ ਦਾ ਜਜ਼ਬਾ, ਲੋਕਾਂ ਦੀ ਸੇਵਾ ਇਮਾਨਦਾਰੀ ਦੇ ਨਾਲ ਅਤੇ ਰਿਸ਼ਵਤਖੋਰਾਂ ਦੇ ਵਿਰੁੱਧ ਸੰਘਰਸ਼ ਉਹ ਆਲਵੇਜ਼ ਜਾਰੀ ਰਹੂਗਾ। ਪਰ ਬੈਂਸ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਨੇ ਉਮੀਦਵਾਰ ਸੀਗੇ ਅਸ਼ੋਕ ਰਾਏ ਪੱਪੀ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿ ਰਹੇ ਨੇ ਕਿ ਮੇਰੀ ਹਾਰ ਦਾ ਕਾਰਨ ਸਿਰਫ਼ ਔਰ ਸਿਰਫ਼ BJP ਹੈ, ਔਰ BJP ਵੀ ਕਿਉਂ, ਕਿਉਂਕਿ ਉਹਨਾਂ ਨੇ ਰਾਮ ਦੇ ਨਾਮ ਨੂੰ ਕੈਸ਼ ਕੀਤਾ ਵਾ। ਉਹ ਇਸ ਚੀਜ਼ ਦਾ ਕਹਿ ਰਹੇ ਨੇ, ਉਹ ਕਹਿ ਰਹੇ ਕਿ ਰਾਜਾ ਵੜਿੰਗ ਨਹੀਂ ਜਿੱਤ ਸਕਦਾ ਸੀ ਅਗਰ BJP ਮੈਦਾਨ 'ਚ ਨਾ ਹੁੰਦੀ। ਸੋ ਯਾਰ, ਮੈਂ 20 ਸਾਲ ਦੇ ਅਰਸੇ ਦੇ ਵਿੱਚ ਇਸ ਤਰੀਕੇ ਦੀ ਇਲੈਕਸ਼ਨ ਨਹੀਂ ਦੇਖੀ। ਪੋਲੀਟੀਕਲ ਪਾਰਟੀ ਆਪਣੇ ਝੰਡੇ ਲਾਉਂਦੀ ਆ, ਤੁਸੀਂ ਭਗਵਾਨ ਸ਼੍ਰੀ ਰਾਮ ਜੀ ਦੇ ਮਰਿਆਦਾ ਪੁਰਸ਼ੋਤਮ ਦੇ ਝੰਡੇ ਲਾਉਣੇ ਸ਼ੁਰੂ ਕਰਦੇ ਹੋ, ਤੁਸੀਂ ਮੰਦਰਾਂ ਦੇ ਵਿੱਚ ਰਾਜਨੀਤਿਕ ਮੀਟਿੰਗਾਂ ਸਟਾਰਟ ਕਰਦੇ ਹੋ, ਵੇਅਰ ਇਜ਼ ਇਲੈਕਸ਼ਨ ਕਮਿਸ਼ਨ? ਇਹ ਬੜੇ ਗੰਭੀਰ ਸੰਕੇਤ ਹੈਗੇ ਆ। ਜੇ ਮੇਰੇ ਭਾਰਤ ਦੇਸ਼ ਦੀ ਮਹਾਨਤਾ ਦੁਨੀਆ ਦੇ ਵਿੱਚ ਆ, ਉਹ ਅਨੇਕਤਾ ਦੇ ਵਿੱਚ ਏਕਤਾ ਦੀ ਮਿਸਾਲ, ਕਿ ਵੱਖ ਵੱਖ ਧਰਮਾਂ ਦੇ ਲੋਕ ਯਾਰ ਕਿਵੇਂ ਭਰਾਵਾਂ ਤੋਂ ਵੱਧ ਕੇ ਪਿਆਰ ਦੇ ਨਾਲ ਰਹਿ ਰਹੇ ਆ, ਪੂਰੀ ਦੁਨੀਆ 'ਚ ਇੱਦਾਂ ਦਾ ਮੁਲਕ ਨਹੀਂ ਹੈਗਾ। ਅਤੇ ਅੱਜ ਸਿਰਫ ਇੱਕ ਸਤਾ ਵਾਸਤੇ ਕਿੱਧਰ ਨੂੰ ਦੇਸ਼ ਦਾ ਸਟੇਰਿੰਗ, ਅਤੇ ਤੁਹਾਡੇ ਇਸ ਗੱਲ ਨੂੰ ਹਮ ਉਨਕੋ ਲਾਏਂਗੇ ਜੋ ਰਾਮ ਕੋ ਲਾਏ ਹੈ, ਲੋਕਾਂ ਨੇ ਕਿੰਨਾ ਕੁ ਸਵੀਕਾਰ ਕੀਤਾ? UP ਦੇ ਵਿੱਚ ਹਾਲ ਕੀ ਹੋਇਆ ਤੁਹਾਡਾ? ਰਾਜਸਥਾਨ ਦੇ ਵਿੱਚ ਕੀ ਹਾਲ ਹੋਇਆ? ਤੁਸੀਂ ਤਾਂ 400 ਪਾਰ ਦੀ ਗੱਲ ਕਰਦੇ ਸੀ, ਲੋਕਾਂ ਨੇ ਤੁਹਾਨੂੰ ਖੁਦ ਇਕੱਲਿਆਂ ਗਵਰਨਮੈਂਟ ਬਣਾਉਣ ਯੋਗੀਆਂ ਵੀ ਸੀਟਾਂ ਨਹੀਂ ਦਿੱਤੀਆਂ। ਮੇਰੇ ਭਾਰਤ ਦੀ ਮਹਾਨਤਾ, ਮੈਂ ਕਹੂੰਗਾ ਕਿ ਵੋਟਾਂ ਪਰੇ ਰੱਖ ਦਿਓ, ਸਭ ਤੋਂ ਪਹਿਲਾਂ ਸਾਡੀ ਕਮਿਊਨਲ ਹਾਰਮਨੀ, ਸਾਡਾ ਆਪਸੀ ਭਾਈਚਾਰਾ। ਮੇਰੇ ਗੁਆਂਢ ਦੇ ਵਿੱਚ ਰਹਿੰਦਾ ਸ਼ਰਮਾ ਜੀ ਫਖਰ ਕਰਦੇ ਹੋਣ, ਮੇਰੇ ਖੱਬੇ ਹੱਥ ਰਹਿੰਦਾ ਸਿਰਾਜ ਮੁਹੰਮਦ ਫਖਰ ਕਰਦਾ ਹੋਵੇ ਵੀ ਅਸੀਂ ਸਾਰੇ ਆਪਸ ਦੇ ਵਿੱਚ ਭਰਾ ਹੈਗੇ ਹਾਂ। ਤੋੜਨ ਦਾ ਯਤਨ ਕੀਤਾ ਸੀ ਪਰ ਭਾਰਤ ਵਰਸ਼ ਦੇ ਲੋਕਾਂ ਨੇ ਚਾਲ ਸਫਲ ਨਹੀਂ ਹੋਣ ਦਿੱਤੀ। ਚਲੋ, ਭਾਈਚਾਰੇ ਦੀ ਤੁਸੀਂ ਗੱਲ ਕੀਤੀ, ਕਹਿੰਦੇ ਭਾਈਚਾਰਾ ਤੁਹਾਡਾ ਭਾਰਤ ਭੂਸ਼ਣ ਆਸ਼ੂ ਨਾਲ ਬੜਾ ਵਧੀਆ ਸੀਗਾ, ਰਵਨੀਤ ਸਿੰਘ ਬਿੱਟੂ ਨਾਲ ਵੀ ਬੜਾ ਹੈਗਾ। ਪਹਿਲਾ ਸਵਾਲ ਤੁਹਾਡਾ ਬਿਲਕੁਲ ਸਹੀ ਹੈ, ਦੂਜਾ ਗਲਤ ਹੈ। ਬਿੱਟੂ ਜੀ ਨਾਲ ਮੇਰੀ ਕਦੇ ਕੋਈ ਲੰਬੀ ਚੌੜੀ ਦੋਸਤੀ ਨਹੀਂ ਰਹੀ, ਮੇਰਾ ਕਦੇ ਉਹਨਾਂ ਨਾਲ ਲੰਬਾ ਚੌੜਾ ਰਾਬਤਾ ਨਹੀਂ ਰਿਹਾ। ਮੈਂ ਤਾਂ ਉਹਨਾਂ ਦੇ ਦੋ ਵਾਰ ਵਿਰੁੱਧ ਇਲੈਕਸ਼ਨ ਲੜਿਆ, ਅਤੇ ਮੈਂ ਵੀ ਕਹੂੰਗਾ ਵੀ ਬੈਂਸ MP ਮੇਕਰ ਆ, ਲੋਕ ਇਨਸਾਫ਼ ਪਾਰਟੀ MP ਮੇਕਰ ਹੈ, ਕਿੰਗ ਮੇਕਰ ਕਹਿ ਦਿੰਦੇ ਨੇ, ਮੈਂ ਕਿੰਗ ਮੇਕਰ ਨਹੀਂ ਕਹੂੰਗਾ, MP ਮੇਕਰ। ਰੋਹਿਤ, ਤੁਹਾਨੂੰ ਯਾਦ ਹੋਊਗਾ 2010 'ਚ ਜਦੋਂ ਮੈਂ ਇਲੈਕਸ਼ਨ ਲੜੀ ਇੰਡੀਪੈਂਡੈਂਟ MP, ਅਤੇ 2014 'ਚ ਤਾਂ ਮੈਂ 2,10,000 ਵੋਟ ਲੈ ਕੇ ਗਿਆ ਸੀਗਾ, ਬਿੱਟੂ ਜੀ ਘਰ ਬੈਠੇ ਬਿਠਾਏ MP ਬਣ ਗਏ। ਫਿਰ ਇੰਡੀਪੈਂਡੈਂਟ ਲੜੀ 2019 'ਚ, ਤਾਂ ਵੋਟ ਕਿੰਨੀ ਪਈ ਮੈਨੂੰ? 3,07,000, ਬਿੱਟੂ ਜੀ ਘਰ ਬੈਠੇ ਪਾਰਲੀਮੈਂਟ ਮੈਂਬਰ ਬਣ ਗਏ। ਅਤੇ ਇਸ ਵਾਰ ਅਸੀਂ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰ ਲਈ। MP ਮੇਕਰ ਕਹੂੰਗਾ ਕਿ ਲੋਕ ਇਨਸਾਫ਼ ਪਾਰਟੀ ਆਲਵੇਜ਼ 3 ਟਰਮਸ ਤੋਂ 2014, 2019, 2024 MP ਮੇਕਰ ਦੀ ਭੂਮਿਕਾ 'ਚ ਰਹੀ। ਯਾਰ, ਭਾਰਤ ਭੂਸ਼ਣ ਆਸ਼ੂ ਜੀ ਨਾਲ ਮੇਰੇ ਦੋਸਤਾਨਾ ਸੰਬੰਧਾਂ ਤੋਂ ਉੱਤੇ ਵੱਡੇ ਭਰਾ ਵਾਲੇ ਸੰਬੰਧ ਰਹੇ ਆ, ਅੱਜ ਵੀ ਹੈਗੇ ਆ ਅਤੇ ਰਹਿਣਗੇ ਵੀ ਆਲਵੇਜ਼। ਕੋਈ ਮੀਡੀਆ ਪਰਸਨ TRP ਵਧਾਉਣ ਲਈ ਕੁਛ ਬੋਲ ਜਾਵੇ ਜਾਂ ਕੋਈ ਚੁਗਲਖੋਰ ਲੋਕ, ਉਂਗਲਵਾਜ਼ ਲੋਕ ਕੁਛ ਬੋਲ ਜਾਣ, ਉਹਨਾਂ ਦੀ ਕਦੇ ਪਰਵਾਹ ਨਹੀਂ ਮਾਰੀ। ਸੋ ਦਿਲਾਂ ਦਾ ਪਿਆਰ ਹੈ, ਰਹੂਗਾ। ਚਲੋ, ਦਿਲਾਂ ਦੇ ਪਿਆਰ ਦੀ ਗੱਲ ਕਰਦੇ ਹਾਂ, ਫਿਰ ਦਿਲਾਂ ਦੇ ਪਿਆਰ ਦੇ ਵਿੱਚ ਕਿੱਥੇ ਖਟਾਸ ਆ ਗਈ ਜਦੋਂ ਤੁਸੀਂ ਇੱਕ ਆਡੀਓ ਜਾਰੀ ਕਰਤੀ
ਰਵਨੀਤ ਸਿੰਘ ਬਿੱਟੂ ਦੀ? ਮੇਰਾ ਉਹਨਾਂ ਨਾਲ ਰਿਹਾ ਨਹੀਂ, ਮੈਂ ਕਦੇ ਨਹੀਂ ਕਿਹਾ, ਮੈਂ ਰੋਹਿਤ ਬਾਏ ਗੋਡ ਕਹਿ ਸਕਦਾ, ਮੈਂ ਇਹ ਆਡੀਓ ਨਹੀਂ ਜਾਰੀ ਕਰਨੀ ਸੀ। ਬਿੱਟੂ ਜੀ ਨੇ ਮੇਰੀ ਮਜਬੂਰੀ ਬਣਾ ਦਿੱਤੀ, ਵਾਰ ਵਾਰ ਇੱਕੋ ਹੀ ਗੱਲ ਰਿਪੀਟ, ਵਾਰ ਵਾਰ ਇੱਕੋ ਹੀ ਗੱਲ ਰਿਪੀਟ, ਮੇਰੀ ਮਜਬੂਰੀ ਬਣਾ ਦਿੱਤੀ। ਦੋਸ਼ ਲੱਗਣੇ ਅਤੇ ਦੋਸ਼ ਸਾਬਤ ਹੋਣੇ, ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਤਾਂ ਬੈਂਸ ਚਲਿਆ ਜਾਂਦਾ BJP ਦੇ ਵਿੱਚ ਬਿੱਟੂ ਜੀ ਦੀ ਬੇੜੀ ਨੂੰ ਮੋਢਾ ਲਾਉਣ ਵਾਸਤੇ, ਫਿਰ ਬੈਂਸ ਰੇਪਿਸਟ ਨਹੀਂ ਸੀਗਾ, ਫਿਰ ਬੱਤੀ ਚੋਰ ਨਹੀਂ ਸੀਗਾ, ਟੈਕਸ ਚੋਰ ਨਹੀਂ ਸੀਗਾ। ਅਤੇ ਜੇ ਬੈਂਸ ਨਹੀਂ ਗਿਆ ਫਿਰ ਸਾਰਾ ਕੁਛ ਹੀ, ਬੈਂਸ ਤਾਂ ਗੁੰਡਾ ਮਵਾਲੀ ਅਤੇ ਬਦਮਾਸ਼ ਬਣ ਜਾਂਦਾ। ਸੋ ਮੈਂ ਮਜਬੂਰੀ ਬਣਾ ਦਿੱਤੀ, ਮੈਂ ਉਹ ਆਡੀਓ ਜਾਰੀ ਨਹੀਂ ਪਬਲਿਕ ਕਰਨੀ ਸੀ, ਨਹੀਂ ਪਬਲਿਕ ਭੇਜਣੀ ਸੀਗੀ, ਮੇਰੀ ਮਜਬੂਰੀ ਬਣ ਗਈ। ਪਰ ਮੈਂ ਆਡੀਓ ਉਹ ਭੇਜੀ ਆ ਜਿਹੜੀਆਂ ਮਾਵਾਂ ਅਤੇ ਭੈਣਾਂ ਸੁਣ ਸਕਦੀਆਂ ਨੇ। ਮੈਂ ਉਹ ਆਡੀਓ ਜਿਹੜੀ ਮੇਰੇ ਕੋਲ ਹੋਰ ਆ, ਜਿਹੜੇ ਇਹ ਕਹੂੰਗਾ ਵੀ ਔਰਤ ਹਰੇਕ ਘਰ ਦੇ ਅੰਦਰ ਧੀਆਂ ਭੈਣਾਂ ਨੇ ਸੁਣ ਨਾ ਸਕੇ, ਤਾਂ ਮੇਰਾ ਕਦੋਂ 'ਚ ਬੜਾ ਬੌਣਾ ਹੋਊਗਾ। ਮੈਂ ਅਵੋਇਡ ਕੀਤਾ ਵੀ ਨਹੀਂ ਯਾਰ, ਇਹ ਥੁੱਕੜ ਰਾਜਨੀਤੀ ਨਹੀਂ ਕਰਨੀ, ਇਹ ਤਾਂ ਮੇਰੀ ਇੱਕ ਮਜਬੂਰੀ ਬਣ ਗਈ, ਮੈਨੂੰ ਆਡੀਓ ਪਬਲਿਕ ਕਰਨਾ ਪੈ ਗਿਆ। ਤੁਹਾਡੇ ਕਹਿਣ ਦਾ ਮਤਲਬ ਕਿ ਇਹੋ ਜਿਹੀਆਂ ਹੋਰ ਆਡੀਓ ਹੈਗੀਆਂ ਜਿਹੜੀਆਂ ਕਿ ਤੁਸੀਂ ਦੋਸਤ ਰਿਕਾਰਡਿੰਗ 'ਤੇ ਹੁੰਦਾ ਆਲਵੇਜ਼, ਮੈਂ ਤੁਸੀਂ ਮੇਰੇ ਨਾਲ ਕੱਲ੍ਹ ਨੂੰ ਗੱਲ ਕਰਨਗੇ 20 ਵਾਰੀ ਸੋਚੋਗੇ ਯਾਰ ਇਹਦਾ ਇਹ ਫੋਨ ਇਹਦਾ ਰਿਕਾਰਡਿੰਗ 'ਤੇ, ਕਿਤੇ ਮੇਰਾ ਵੀ ਕੱਦ ਛੋਟਾ ਹੋਇਆ ਉਹਦੇ 'ਚ, ਮੈਂ ਇਹ ਨਹੀਂ ਸਮਝਦਾ ਵੀ ਮੇਰੀ ਕੋਈ ਉਹਦੇ 'ਚ ਵੱਡਾ ਪਨ, ਮੈਂ ਆਪਣੇ ਆਪ ਨੂੰ ਬੌਣਾ ਮਹਿਸੂਸ ਕੀਤਾ ਆਡੀਓ ਪਬਲਿਕ ਕਰਕੇ। ਪਰ ਕਹਿੰਦੇ ਨੇ ਕਿ ਉਹ ਆਡੀਓ ਦੀ ਵਜ੍ਹਾ ਕਰਕੇ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਵੋਟ ਹੈਗੀ ਹੈ ਉਹਨੂੰ ਥੋੜ੍ਹਾ ਸੱਟ ਪਹੁੰਚੀ ਹੈ, ਖਾਸ ਤੌਰ 'ਤੇ ਆਤਮ ਨਗਰ ਹਲਕੇ 3 ਲੱਖ ਵੋਟ ਲੈ ਗਿਆ। ਅਸੀਂ ਤਾਂ ਅਬਜ਼ਰਵ ਕਰਦੇ ਸੀ 2 ਲੱਖ ਦਾ ਪਲੇਅਰ ਆ ਉਹ, 3 ਲੱਖ ਵੋਟ ਪੈ ਜਾਣੀ ਇਹ ਬਿੱਟੂ ਜੀ ਨੂੰ ਥੋੜ੍ਹੀ ਪਈ ਆ। ਇਹ ਵੋਟ ਜਿਹੜਾ ਇਹ ਕਹੂੰਗਾ ਵੀ ਇੱਕ ਸੁਨਾਮੀ ਸੀਗੀ BJP ਦੀ, ਮੋਦੀ ਲਹਿਰ ਸੀਗੀ, ਤਾਂ ਸੈਂਟਰ ਪਲੇਸ ਪੰਜਾਬ ਦੇ ਵਿੱਚ ਲੁਧਿਆਣਾ ਬਣ ਗਿਆ, 6 ਹਲਕੇ ਸ਼ਹਿਰੀ ਹੈਗੇ ਆ। ਸੋ ਇਹ ਵੋਟ ਰਵਨੀਤ ਬਿੱਟੂ ਜੀ ਨੂੰ ਨਹੀਂ ਪਈ, ਇਹ ਵੋਟ ਮੋਦੀ BJP ਪਾਰਟੀ ਦੀ ਲਹਿਰ ਨੂੰ ਪਈ ਆ। ਬਿੱਟੂ ਜੀ ਆ ਮੂਹਰੇ ਨਗਰ ਨਿਗਮ ਦੀ ਚੋਣ ਆਉਂਦੀ ਆ, ਕਿਤੇ ਆਜ਼ਾਦ ਹੀ ਖੜ੍ਹ ਕੇ ਦੇਖ ਲੈਣ ਨਗਰ ਨਿਗਮ ਕੌਂਸਲਰ ਵਾਲਾ, ਉਹਨਾਂ ਨੂੰ ਆਪਣਾ ਕੱਦ ਲੋਕ ਨਾਪ ਦੇਣਗੇ ਵੀ ਕਿੱਡਾ ਕੱਦ ਆ ਉਹਨਾਂ ਦਾ। ਚਲੋ ਤੁਸੀਂ ਆਹ ਗੱਲ ਕੀਤੀ ਆ ਕਿ ਰਵਨੀਤ ਸਿੰਘ ਬਿੱਟੂ ਨੂੰ ਨਹੀਂ ਪਈ ਆ, ਮੋਦੀ ਨੂੰ ਪਈ ਆ, ਅਤੇ ਰਾਜਾ ਵੜਿੰਗ ਨੂੰ ਜਿਹੜੀ ਵੋਟ ਪਈ ਹੈ ਉਹ ਸਿਮਰਜੀਤ ਸਿੰਘ ਬੈਂਸ ਨੂੰ ਵੋਟ ਪਈ ਹੈ ਜਾਂ ਰਾਜਾ ਵੜਿੰਗ ਨੂੰ ਪਈ ਹੈ? ਦੇਖੋ ਇਹ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈਗੀ ਆ, ਰਾਜਾ ਵੜਿੰਗ ਜੀ ਦੀ ਆਪਣੀ ਸ਼ਖਸੀਅਤ ਆ, ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਆ, ਉਹਨਾਂ ਦਾ ਔਰਾ ਆਪਣਾ, ਉਹ ਸਟੇਟ ਦੇ ਪ੍ਰੈਜ਼ੀਡੈਂਟ ਆ ਐਂਡ 3rd ਟਾਈਮ ਉਹਨਾਂ ਦੀ MLA-ship ਹੈਗੀ ਆ, ਉਹਨਾਂ ਨੂੰ ਵੋਟ ਪਈ ਆ। ਬਹੁਤ ਸਾਰੀ ਵੋਟ ਜਿਹੜੀ ਮੈਨੂੰ ਪਸੰਦ ਕਰਦੀ ਸੀ, ਮੈਂ ਵੀ ਕਿਹਾ ਵੀ ਨਹੀਂ ਬਈ ਬਿੱਟੂ ਆਪਣੇ ਬਿੱਟੂ ਨੂੰ ਵੋਟ ਨਾ ਕਾਸਟ ਕਰੋ, ਰਾਜਾ ਵੜਿੰਗ ਸਭ ਤੋਂ ਬੈਸਟ MP ਸਾਬਤ ਹੋਊਗਾ, ਤੁਸੀਂ ਵੋਟ ਬੈਂਸ ਨੂੰ ਪਾ ਦਿਓ, ਤੁਸੀਂ ਵੋਟ ਪਾ ਦਿਓ ਰਾਜੇ ਵੜਿੰਗ ਨੂੰ, ਕੋਈ ਫਰਕ ਨਹੀਂ ਗਾ। ਸੋ ਮੇਰੇ ਸਾਰੇ ਚਾਹੁਣ ਵਾਲੇ ਲੋਕਾਂ ਨੇ ਧੜਾ ਧੜ ਇਹ ਕਹਿ ਕੇ, ਕਈ ਜਗ੍ਹਾ 'ਤੇ ਰਾਜਾ ਵੜਿੰਗ ਅਤੇ ਉਹਨਾਂ ਦੀ ਫੈਮਲੀ ਨੂੰ ਕਹੀ ਵੀ ਇਹ ਗੱਲ ਵੀ ਅਸੀਂ ਅੱਜ ਤੱਕ ਕਦੇ ਕਾਂਗਰਸ ਨੂੰ ਵੋਟ ਕਾਸਟ ਨਹੀਂ ਕੀਤਾ, ਅਸੀਂ ਪਹਿਲੀ ਵਾਰੀ ਕਾਂਗਰਸ ਨੂੰ ਵੋਟ ਕਾਸਟ ਕਰ ਰਹੇ ਹਾਂ, ਬਾਬੇ ਦੀ ਕਿਰਪਾ ਹੋਈ ਆ, ਵੱਡੀ ਸਫਲਤਾ ਮਿਲੀ। ਪਿਆਰ ਕਰਨ ਵਾਲੇ ਲੋਕ ਆ ਯਾਰ, ਮੈਨੂੰ ਨਹੀਂ ਰੋਹਿਤ ਪਿਆਰ ਕਰਦੇ, ਲੋਕਾਂ ਨੂੰ ਕੰਮ ਪਿਆਰਾ, ਚੰਮ ਨਹੀਂ। ਮੈਂ ਅੱਜ ਕੰਮ ਛੱਡਦੇ ਹਾਂ, ਲੋਕਾਂ ਨੇ ਮੇਰੇ ਤੋਂ ਕੀ ਕਰਾਉਣਾ? ਮੈਂ ਦਿਨ ਦੇ ਵਿੱਚ 3 ਵਾਰੀ ਸੂਟ ਬਦਲੀ ਕਰ ਕਰਕੇ ਜਾਵਾਂ, ਲੋਕਾਂ ਨੇ ਮੇਰੇ ਸੂਟ ਦੇ ਅਤੇ ਸੂਟਾਂ ਦੇ ਰੰਗ ਐਂਡ ਬ੍ਰਾਂਡ ਤੋਂ ਕੀ ਕਰਾਉਣਾ? ਲੋਕਾਂ ਨੂੰ ਕੰਮ ਚਾਹੀਦਾ। ਨੁਮਾਇੰਦਾ ਕਿਉਂ ਚੁਣਦੇ ਆ ਲੋਕ? ਵੋਟਰ ਵੋਟ ਕਾਸਟ ਕਰਦਾ ਅਤੇ ਉਹਦੇ ਮਨ ਦੀ ਇੱਛਾ ਹੁੰਦੀ ਆ, ਮੈਂ ਜਿਹੜੇ ਉਮੀਦਵਾਰ ਨੂੰ ਵੋਟ ਪਾ ਕੇ ਨੁਮਾਇੰਦਾ ਬਣਾਉਣ ਲੱਗਿਆ, ਇਹ ਰਿਸ਼ਵਤਖੋਰੀ ਦੇ ਵਿਰੁੱਧ ਸੰਘਰਸ਼ ਕਰਕੇ ਮੇਰਾ ਹਰ ਵੇਲੇ ਸਾਥ ਦੇਵੇ। ਮੈਂ ਕਿਸੇ ਮੁਸ਼ਕਲ 'ਚ ਹੋਵਾਂ ਅਤੇ ਸਮਾਧਾਨ ਕਰਨ ਵਾਲਾ ਮੇਰੇ ਸਾਹਮਣੇ ਖੜ੍ਹਾ ਹੋਵੇ, ਅਸੀਂ ਉਹ ਲੋਕ ਹੈਗੇ ਹਾਂ। ਇਸ ਕਰਕੇ ਲੋਕਾਂ ਨੇ ਕੰਮ ਨੂੰ ਦੇਖ ਕੇ ਵੋਟ ਕਾਸਟ ਕੀਤਾ।
ਅੱਛਾ ਚਲੋ ਇੱਕ ਚੀਜ਼ ਤਾਂ ਇਹ ਹੋ ਗਈ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਦੇ ਜਿਹੜੇ ਪ੍ਰਚਾਰ ਕੀਤਾ ਸੀਗਾ ਉਸ ਦੇ ਵਿੱਚ ਕੁਪ੍ਰਚਾਰ ਕਰਨ ਵਾਲੇ ਵੀ ਬੜੇ ਸੀਗੇ, ਸ਼੍ਰੋਮਣੀ ਅਕਾਲੀ ਦਲ ਨੇ ਬੜਾ ਕਹਿੰਦੇ ਨੇ ਕੋਸ਼ਿਸ਼ ਕੀਤੀ ਤੁਹਾਡਾ ਕੁਪ੍ਰਚਾਰ ਕਰਨ ਵਾਸਤੇ। ਸੋ ਮੈਂ ਇੱਕ ਦਿਨ ਸਰਦਾਰ ਰਣਜੀਤ ਸਿੰਘ ਢਿੱਲੋਹਰਾਂ ਦਾ ਇੱਕ ਕਿਸੇ ਇੰਟਰਵਿਊ ਸੁਣ ਰਿਹਾ ਸੀ ਪੱਤਰਕਾਰ ਦੋਸਤ ਦੇ ਨਾਲ, ਉਹ ਕਹਿੰਦੇ ਬੈਂਸ ਹੈਗਾ ਦੇਖਣ ਨੂੰ ਹੰਸਾ ਪਰ ਹੈਗਾ ਬਗਲਾ, ਕਹਿੰਦੇ ਮੱਛੀਆਂ ਜਿਹੜੀਆਂ ਜਿਵੇਂ ਬਗਲਾ ਛੱਪੜਾਂ 'ਚੋਂ ਚਿਹਰਾ ਕਹਿੰਦਾ ਇਹਦੇ ਪੰਥਕ ਆ, ਪਰ ਇਹਦੇ ਕਾਂਗਰਸ 'ਚ ਜਾਣਾ ਇਹਦਾ ਚਿਹਰਾ ਬੇਨਕਾਬ ਹੋ ਗਿਆ। ਦੋ ਵਾਰੀ ਕਹਿੰਦੇ ਨੇ ਐਮ ਪੀ ਦੀ ਇਲੈਕਸ਼ਨ ਲੜੀ ਆ ਅਤੇ ਪੰਥਕ ਵੋਟ ਲੈ ਜਾਂਦਾ ਸੀ ਇਹ ਅਕਾਲੀ ਦਲ ਵਾਲੀ ਪੰਥਕ ਵੋਟ, ਪੰਥ ਗੁਰੂ ਦਾ ਬਣਾਇਆ ਹੋਇਆ ਰਸਤਾ, ਪੰਥਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਟੂਟ ਵਿਸ਼ਵਾਸ ਅਤੇ ਸ਼ਰਧਾ ਰੱਖਦਾ। ਪੰਥਕ ਲੋਕਾਂ ਨੇ ਦੱਸ ਦਿੱਤਾ ਰਣਜੀਤ ਢਿੱਲੋਂ ਨੂੰ ਅਤੇ ਅਕਾਲੀ ਦਲ ਨੂੰ ਕਿ ਪੰਥਕ ਲੋਕ ਕਿੱਥੇ ਖੜ੍ਹੇ ਆ, ਜਮਾਨਤਾਂ ਜ਼ਬਤ ਹੋ ਗਈਆਂ ਆਤਮਨਗਰ ਦੱਖਣ ਕਈ ਹਲਕਿਆਂ ਦੇ ਵਿੱਚ, ਮੇਰਾ ਖਿਆਲ ਖੁਦ ਦੀ ਜਮਾਨਤ ਸ਼ਾਇਦ ਉਹਨਾਂ ਨੂੰ ਥੋੜ੍ਹੀ ਜਿਹੀ ਵੋਟ ਪਈ ਆ। ਇਹ ਗੱਲ ਸਾਫ਼ ਅਤੇ ਸਪਸ਼ਟ ਹੋ ਗਈ, ਪੰਥਕ ਦਾ ਅਰਥ ਲੋਕਾਂ ਨੇ ਅਕਾਲੀ ਦਲ ਨੂੰ ਸਮਝਾ ਦਿੱਤਾ। ਲੋਕ ਸਭਾ ਹਲਕਾ ਲੁਧਿਆਣਾ ਦੇ ਅੰਦਰ ਜਿੰਨਾ ਕੂੜ ਪ੍ਰਚਾਰ ਸਿਮਰਜੀਤ ਬੈਂਸ ਦੇ ਵਿਰੁੱਧ ਕੀਤਾ, ਰੋਹਿਤ ਤੇ ਇੱਕ ਗੱਲ ਨਾਲ ਸਹਿਮਤ ਹੋਵੋਗੇ, ਕੋਈ ਲੀਡਰ ਉੱਠਿਆ ਪੋਲੀਟੀਕਲ ਪਾਰਟੀ ਦੇ ਵਿੱਚੋਂ, ਕੋਈ ਆਇਆ ਅਰਬ ਖਰਬਪਤੀ ਟੱਬਰ ਦੇ ਵਿੱਚੋਂ ਪੈਸੇ ਦੇ ਬਲਬੂਤੇ ਦੇ ਅੰਦਰ, ਕੋਈ ਆਇਆ ਸੈਗਮੈਂਟ ਫਿਲਮੀ ਕਲਾਕਾਰਾਂ ਦੇ ਵਿੱਚੋਂ, ਕੋਈ ਕਮੇਡੀ ਦੇ ਵਿੱਚੋਂ ਆ ਗਿਆ, ਕੋਈ ਸਿੰਗਰਾਂ ਦੇ ਵਿੱਚੋਂ ਆ ਗਿਆ। ਬਾਹਰ ਪੰਜਾਬ ਦੇ ਅੰਦਰ ਸਿਮਰਜੀਤ ਬੈਂਸ ਮਿਲੂਗਾ ਜਿਹੜਾ ਲੋਕਾਂ ਨੇ ਉਭਾਰਿਆ, ਜਿਹਨੂੰ ਜਿਹੜਾ ਆਲਵੇਜ਼ ਇੰਡੀਪੈਂਡੈਂਟ ਰਿਹਾ, ਲੋਕਾਂ ਨੇ ਉਹਦੇ ਦੁਆਲੇ ਦੀਵਾਰ ਖੜੀ ਕੀਤੀ ਆ ਸੁਰੱਖਿਆ ਕਵਚ। ਜਿੰਨਾ ਤੰਗ ਪਰੇਸ਼ਾਨ ਜਿੰਨੇ ਮੁਕੱਦਮੇ ਮੇਰੇ 'ਤੇ ਦਰਜ ਹੋਏ, ਮੇਰੇ ਨਾਲ ਲੋਕਾਂ ਦਾ ਸਾਥ ਅਤੇ ਸਪੋਰਟ ਉਦੋਂ ਡਬਲ ਅਤੇ ਟ੍ਰਿਪਲ ਹੁੰਦਾ ਗਿਆ। ਚਲੋ ਇਹ ਤਾਂ ਗੱਲ ਹੋ ਗਈ, ਜਿਸ ਲਈ ਇੰਟਰਵਿਊ ਚੱਲ ਰਿਹਾ ਹੋਊਗਾ ਲੋਕ ਇੱਕ ਸਵਾਲ ਜ਼ਰੂਰ ਉਹਨਾਂ ਦੇ ਜ਼ਹਿਨ 'ਚ ਆਉਂਦਾ ਹੋਊਗਾ ਕਿ ਉਹੀ ਸਿਮਰਜੀਤ ਸਿੰਘ ਬੈਂਸ ਹੈ ਜਿਹੜਾ ਕਾਂਗਰਸ ਦੇ ਖਿਲਾਫ਼ ਬੋਲਦਾ ਹੁੰਦਾ ਸੀਗਾ, ਇਹ ਕਿਵੇਂ ਹੋ ਗਿਆ? 84 ਦੰਗਿਆਂ ਨੂੰ ਲੈ ਕੇ ਬੋਲਦੇ ਹੁੰਦੇ ਸੀਗੇ, ਇਹ ਕਿਵੇਂ ਹੋ ਗਿਆ? 84 ਦੇ ਦੰਗੇ ਜਿੰਨੀ ਦੇਰ ਤੱਕ ਇਸ ਪਲੈਨਟ ਦੇ ਉੱਤੇ ਦੁਨੀਆ ਰਹਿਣੀ ਆ ਨਹੀਂ ਭੁੱਲੇ ਜਾ ਭੁਲਾਏ ਜਾ ਸਕਦੇ। ਅਕਾਲ ਤਖ਼ਤ ਸਾਹਿਬ ਦਾ ਹਮਲਾ ਨਹੀਂ ਭੁਲਾਇਆ ਜਾ ਸਕਦਾ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਜਹਾਂਗੀਰ ਮੁਗਲ ਬਾਦਸ਼ਾਹ ਨੇ ਕੀਤੀ, ਉਸ ਤੋਂ ਅਗਲੇ ਸਾਡੇ ਗੁਰੂ ਸਾਹਿਬਾਨ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਮੁਗਲ ਬਾਦਸ਼ਾਹ ਨੂੰ ਮਾਫ਼ ਕੀਤਾ ਸੀ, ਪਰ ਉਹਨਾਂ ਦੀ ਗੁਰੂ ਅਰਜਨ ਦੇਵ ਸਾਹਿਬ ਦੀ ਕੁਰਬਾਨੀ ਨਹੀਂ ਭੁੱਲੇ। ਕੁਰਬਾਨੀ ਸ਼ਹਾਦਤ ਅੱਜ ਵੀ ਯਾਦ ਹੈਗੀ ਹੈ ਵੀ ਜਹਾਂਗੀਰ ਨੇ ਸਾਡਾ ਗੁਰੂ ਸ਼ਹੀਦ ਕੀਤਾ ਸੀਗਾ, ਪਰ ਮਾਫ਼ ਕੀਤਾ ਸੀ ਜਹਾਂਗੀਰ ਨੂੰ ਹਰਗੋਬਿੰਦ ਸਾਹਿਬ ਨੇ, ਸ਼੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਥਰਡ ਜਨਰੇਸ਼ਨ ਆ, ਅਤੇ ਅੱਜ ਥਰਡ ਜਨਰੇਸ਼ਨ ਸਿੱਖ ਨੂੰ ਕਲਾਵੇ 'ਚ ਲੈ ਰਹੀ ਆ, ਮੁਸਲਿਮ ਨੂੰ ਕਲਾਵੇ 'ਚ ਲੈ ਰਹੀ ਹੈ, ਹਿੰਦੂ ਨੂੰ ਕਲਾਵੇ 'ਚ ਲੈ ਰਹੀ ਹੈ, ਈਸਾਈ ਨੂੰ ਕਲਾਵੇ 'ਚ ਲੈ ਰਹੀ ਹੈ। ਅਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦਿਆਂ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗਦੇ ਆ, ਰਾਹੁਲ ਗਾਂਧੀ ਨਿਮਾਣੇ ਸ਼ਰਧਾਲੂ ਵਜੋਂ ਦਰਬਾਰ ਸਾਹਿਬ ਜਾਂਦੇ ਆ, ਅਤੇ ਮੇਰਾ ਖਿਆਲ 3-4 ਦਿਨ ਜੋੜਾ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਅਤੇ ਜੂਠੇ ਬਰਤਨਾਂ ਦੀ ਸੇਵਾ। ਇਹ ਮਨ ਦੇ ਅੰਦਰ ਪਿਆਰ ਹੈਗਾ ਨਾ ਕਿ ਪਿੱਛੇ ਜੋ ਗਲਤੀ ਹੋਈ ਸੀ ਉਹਨੂੰ ਸੁਧਾਰਨ ਵਾਸਤੇ। ਸੋ ਸਾਡੇ ਗੁਰੂ ਸਾਹਿਬਾਨ ਗਲਤੀ ਕੀਤੀ ਹੋਈ ਨੂੰ ਮਾਫ਼ੀ ਦਾ ਸਿਧਾਂਤ ਤਾਂ ਦੇ ਕੇ ਗਏ, ਪਰ ਭੁੱਲਣਯੋਗ ਨਹੀਂ 84। ਤੁਸੀਂ ਕਹਿ ਦਿਓ ਵੀ ਜਿੰਨੀ ਦੇਰ ਮੈਂ ਕਹੀ ਆ ਤੁਹਾਡੇ ਸਵਾਲ ਦੇ ਜਵਾਬ 'ਚ ਵੀ ਜਿੰਨੀ ਦੇਰ ਦੁਨੀਆ ਵਸਦੀ ਹੈ ਨਾ, 84 ਨਹੀਂ ਭੁੱਲਣਾ। ਚਲੋ ਸਿਮਰਜੀਤ ਸਿੰਘ ਬੈਂਸ ਨੂੰ ਯਾਦ ਰਹੂਗੀ 84, ਔਰ ਕਾਂਗਰਸ ਨੂੰ ਮਾਫ਼ ਕੀਤਾ ਨਹੀਂ? ਮਾਫ਼ੀ ਤਾਂ ਮੈਂ ਕਿਹਾ ਵੀ ਗੁਰੂ ਸਾਹਿਬ ਦਾ ਸਿਧਾਂਤ ਹੈਗਾ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਮੁਗਲ ਬਾਦਸ਼ਾਹ ਜਹਾਂਗੀਰ ਨੇ ਕੀਤੀ, ਹਰਗੋਬਿੰਦ ਸਾਹਿਬ ਨੇ ਜਹਾਂਗੀਰ ਨੂੰ ਮਾਫ਼ੀ ਦਿੱਤੀ। ਮੈਂ ਗੁਰੂ ਸਾਹਿਬ ਦੇ ਮੈਂ ਕੌਣ ਹੁੰਦਾ ਮਾਫ਼ ਕਰਨ ਵਾਲਾ?
ਮੈਂ ਤੁਹਾਨੂੰ ਗੁਰੂ ਸਾਹਿਬ ਦਾ ਸਿਧਾਂਤ ਜਿਹੜਾ ਸਾਨੂੰ ਦੇ ਕੇ ਗਿਆ ਮੈਂ ਸ਼ੇਅਰ ਉਹ ਕਰ ਰਿਹਾ ਤੁਹਾਡੇ ਨਾਲ। ਕੁੱਲ ਮਿਲਾ ਕੇ ਮਾਫ਼ ਕਰ ਦਿੱਤਾ ਗਿਆ ਨਹੀਂ, ਮੈਂ ਤੁਸੀਂ ਇਹ ਗੱਲ ਕਹੋ ਨਾ, ਜਿੰਨੀ ਦੇਰ ਤੱਕ ਇਹ ਦੁਨੀਆ ਵਸਣੀ ਆ 84 ਨਾ ਦੰਗੇ ਭੁਲਾਏ ਜਾ ਸਕਦੇ ਆ ਅਤੇ ਨਾ ਦੋਸਤ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤਾ ਹੋਇਆ ਹਮਲਾ ਭੁਲਾਇਆ ਜਾ ਸਕਦਾ। ਚਲੋ, ਅਤੇ ਰਾਜਾ ਵੜਿੰਗ ਦੀ ਜਿੱਤ, ਸਿਮਰਜੀਤ ਸਿੰਘ ਬੈਂਸ ਦੀ ਜਿੱਤ, ਅਤੇ ਸਾਡੀ ਸਾਰਿਆਂ ਦੀ ਜਿੱਤ ਹੈਗੀ ਆ। ਰਾਜਾ ਵੜਿੰਗ MP ਬਣ ਜਾਵੇ, ਬੈਂਸ ਬਣ ਜਾਵੇ, ਆਸ਼ੂ ਬਣ ਜਾਵੇ, ਕੋਈ ਫਰਕ ਨਹੀਂ ਗਾ, ਅਸੀਂ ਇੱਕੋ ਹੀ ਹਾਂ ਸਾਰੇ ਜਾਣੇ। ਪਾਰਟੀ ਦੀ ਜਿੱਤ ਆ, 7 ਜਿੱਤੀਆਂ ਨੇ। ਇਹ ਟ੍ਰੇਲਰ ਆ, 27 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਉੱਤੇ ਬੜੇ ਵੱਡੇ ਬਹੁਮਤ ਦੇ ਨਾਲ ਲੋਕਾਂ ਦੀ ਸਰਕਾਰ ਆਊਗੀ ਕਾਂਗਰਸ ਪਾਰਟੀ ਦੇ ਰੂਪ ਦੇ ਵਿੱਚ। ਬਿਲਕੁਲ, ਇਹ ਸੀਗੇ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਸਾਫ਼ ਤੌਰ 'ਤੇ ਕਿਹਾ ਹੈ ਕਿ 2027 ਦੇ ਵਿੱਚ ਕਾਂਗਰਸ ਜਿਹੜੇ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਬਣਾਊਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਹੁਣ ਸਰਕਾਰ 2027 ਦੇ ਵਿੱਚ ਕਿਹਦੀ ਬਣਦੀ ਹੈ। ਰੋਹਿਤ ਗੌੜ, ਨਿਊਜ਼ 18।